लौना ते उसने है, साड़ी पुकार है, असी मिल नहीं सकते, पुकार कर सकने हैं, अपने नाल मिलाउणा परमेश्वर ने है। जदों मेहरबान हुंदा है, आपे बख्शे मेल लै, सो प्रभ सदा संभाल। साहिब कहिंदे उस प्रभु नूं सदा ही याद करिया कर, जिस ते ओह मेहरबान हुंदा है ना, जीव नूं अपने जोड़ लैंदा, हर वेले अपनी रसना तों ਇਹ ਗਾਂਦਾ ਰਿਹਾ ਕਰ, ਉੱਠਦਿਆਂ ਬੈਠਦਿਆਂ, ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ, ਸੱਚਾ ਵੇ ਪ੍ਰਵਾਹ। ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ, ਪ੍ਰਭ ਮੇਲੇ ਤਾਂ ਮਿਲ ਰਹੇ, ਹਉ ਮੈਂ ਸ਼ਬਦ ਜਲਾਏ। ਗੁਰੂ ਸਵਾਰਿਓ, ਬਾਣੀ ਨੇ ਸਾਡੇ ਅੰਦਰ ਦੀ ਸੋਚ, ਅੰਦਰ ਦੀ ਅਵਸਥਾ, ਅੰਦਰੂਨੀ ਹਾਲਾਤ, ਇਹ ਵੀ ਸਾਡੇ ਸਾਹਮਣੇ ਰੱਖੇ। ਅਸੀਂ ਕਹਾਂਗੇ ਜੀ ਬੜੀ ਕੋਸ਼ਿਸ਼ ਕਰੀ ਦੀ ਹੈ, ਰੱਬ ਮਿਲਦਾ ਨਹੀਂ। ਕਈ ਸੱਜਣ ਮਿਲਦੇ ਨੇ, ਬੜੀ ਮਿਹਨਤ ਕਰੀ ਦੀ ਹੈ, ਬੜਾ ਉਦਮ ਕਰੀਦਾ ਹੈ, ਬੜੇ ਚਿਰਾਂ ਤੋਂ ਅਸੀਂ ਸਾਧਨਾ ਸਾਧ ਰਹੇ ਹਾਂ, ਭਾਈ ਸਾਹਿਬ ਰੱਬ ਨਹੀਂ ਮਿਲ ਰਿਹਾ, ਕੀ ਕਾਰਨ ਹੈ? ਸਾਧ ਸੰਗਤ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿ ਮੈਨੂੰ ਰੱਬ ਕਿਉਂ ਨਹੀਂ ਮਿਲਦਾ। ਇਹ ਸਵਾਲ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰ ਤੇ ਲੈ ਕੇ ਆਈਏ, ਤੇ ਸਤਿਗੁਰੂ ਸਾਡੇ ਸਵਾਲ ਦਾ ਜਵਾਬ ਦੇਣਗੇ ਕਿ ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਮਨ ਦੀ ਤੇ ਹਾਲਤ ਕਦੇ ਦੇਖੀ ਨਹੀਂ ਕਿ ਮੇਰਾ ਮਨ ਕਿੰਨਾ ਕੁ ਨਿਰਮਲ ਹੈ, ਮਨ ਕਿੰਨਾ ਕੁ ਪਵਿੱਤਰ ਹੈ। ਮਨ ਤੇ ਮੈਲਾ ਹੈ, ਮਨ ਅੰਦਰ ਤੇ ਅਵਗੁਣ ਨੇ, ਮਨ ਅੰਦਰ ਤੇ ਵਿਕਾਰ ਭਰੇ ਪਏ ਨੇ, ਮਨ ਤੇ ਮਾੜਾ ਸੋਚਦਾ, ਮਨ ਮਾੜਾ ਦੇਖਦਾ, ਮਨ ਮਾੜਾ ਸੁਣਦਾ, ਮਨ ਮਾੜਾ ਬੋਲਦਾ, ਤੇ ਪਰਮਾਤਮਾ ਤੇ ਸ਼ੁੱਧ ਸਰੂਪ ਹੈ, ਉਹ ਤੇ ਨਿਰਮਲ ਹੈ। ਤੇ ਮੈਲਾ ਮਨ ਜਿਹੜਾ ਨਿਰਮਲ ਪਰਮੇਸ਼ਰ ਵਿੱਚ ਕਿਵੇਂ ਮਿਲ ਸਕਦਾ ਹੈ, ਕਿਵੇਂ ਉਹਦੇ ਵਿੱਚ ਅਭੇਦ ਹੋਏਗਾ? ਪਰਮਾਤਮਾ ਵਿੱਚ ਅਭੇਦ ਤਾਂ ਹੀ ਹੋਇਆ ਜਾ ਸਕਦਾ ਜੋ ਸੁਭਾਅ ਪਰਮਾਤਮਾ ਵਰਗਾ ਬਣ ਜਾਏ, ਜੋ ਨਿਰਮਲ ਹੈ। ਤੇ ਸਾਧ ਸੰਗਤ ਮਨ ਨਿਰਮਲ ਕਰਨਾ ਪੈਣਾ ਹੈ, ਮਨ ਦਾ ਇਸ਼ਨਾਨ ਬਾਣੀ ਦੇ ਵਿੱਚ ਕਰਾਉਣਾ ਪੈਣਾ ਹੈ। ਸਤਿਗੁਰੂ ਕਹਿੰਦੇ ਇੱਥੇ ਨਹਾਇਆ ਕਰ ਆ ਕੇ ਬਾਣੀ ਦੇ ਵਿੱਚ, ਬਾਣੀ ਚ ਇਸ਼ਨਾਨ ਕਰਿਆ ਕਰ ਮਨ ਦੀ ਪਵਿੱਤਰਤਾ ਦੇ ਲਈ। ਜਿਵੇਂ ਜਿਵੇਂ ਬਾਣੀ ਦੇ ਵਿੱਚ ਇਸ਼ਨਾਨ ਕਰਦਿਆਂ ਕਰਦਿਆਂ ਮਨ ਨਿਰਮਲ ਹੋਵੇਗਾ, ਤਿਵੇਂ ਤਿਵੇਂ ਪਰਮਾਤਮਾ ਵਿੱਚ ਲੀਨਤਾ ਹੁੰਦੀ ਜਾਏਗੀ। ਫਿਰ ਕਹਿਣ ਦੀ ਲੋੜ ਹੀ ਨਹੀਂ ਪਏਗੀ ਕਿ ਮੈਨੂੰ ਰੱਬ ਮਿਲਦਾ ਨਹੀਂ। ਰੱਬ ਤੇ ਅੰਦਰ ਹੀ ਵਸਿਆ ਨਾ, ਮਨ ਦੀ ਮਲੀਨਤਾ ਕਰਕੇ ਉਹ ਪਰਮੇਸ਼ਰ ਦਿਸਦਾ ਨਹੀਂ। ਸਾਹਿਬ ਨੇ ਕਿਰਪਾ ਕੀਤੀ, ਮਨ ਮੈਲਾ ਸੱਚ ਨਿਰਮਲਾ, ਸਾਡਾ ਮਨ ਮੈਲਾ ਹੈ ਤੇ ਸੱਚ ਪਰਮਾਤਮਾ, ਸੱਚ ਸਰੂਪ, ਸਦਾ ਕਾਇਮ ਰਹਿਣ ਵਾਲਾ ਨਿਰਮਲਾ, ਉਹ ਨਿਰਮਲ ਹੈ, ਉਹ ਪਵਿੱਤਰ ਹੈ, ਕਿਉਂ ਕਰ ਮਿਲਿਆ ਜਾਏ? ਫਿਰ ਪਾਤਸ਼ਾਹ ਉਸ ਪਰਮਾਤਮਾ ਦੇ ਵਿੱਚ ਕਿਵੇਂ ਮਿਲਿਆ ਜਾ ਸਕਦਾ ਹੈ? ਭਾਵ ਕਿਸ ਤਰ੍ਹਾਂ ਤੇ ਨਹੀਂ ਮਿਲਿਆ ਜਾਏਗਾ? ਮੈਲੇ ਵਸਤਰ ਪਹਿਨ ਕੇ ਆਪਾਂ ਕਿਤੇ ਭਲਿਆਂ ਦੀ ਸਭਾ ਵਿੱਚ ਜਾਈਏ ਜਿੱਥੇ ਸਾਫ਼ ਸੁਥਰੇ ਲੋਕ ਬੈਠੇ ਹੋਵਣ, ਤੇ ਸਾਧ ਸੰਗਤ ਸਾਨੂੰ ਅੰਦਰ ਕੌਣ ਵੜਨ ਦੇਗਾ? ਪਹਿਲਾਂ ਹੀ ਬਾਹਰ ਕੱਢ ਦਿੰਦੇ ਨੇ, ਬਾਹਰ ਨਿਕਲ ਜਾਓ, ਗੁਰੂ ਕਾ ਲੰਗਰ ਹੈ, ਅਸੀਂ ਬੈਠੇ ਹਾਂ ਵਧੀਆ ਵਸਤਰ ਪਹਿਨ ਕੇ, ਸਾਡੇ ਨੇੜੇ ਕੋਈ ਆ ਕੇ ਮੈਲੇ ਵਸਤਰਾਂ ਵਾਲਾ ਬੈਠ ਜਾਏ, ਮਨ ਅੰਦਰ ਨਫ਼ਰਤ ਜੀ ਪੈਦਾ ਹੁੰਦੀ ਹੈ ਕਿ ਕਿੱਥੋਂ ਆ ਕੇ ਬੈਠ ਗਿਆ, ਉਠਾ ਦਿਓ। ਕਈ ਵਾਰੀ ਤੇ ਪੰਗਤ ਵਿੱਚ ਉਠਾ ਵੀ ਦਿੱਤਾ ਜਾਂਦਾ ਹੈ ਕਿ ਭਾਈ ਬਾਅਦ ਵਿੱਚ ਆਇਓ, ਇਹ ਤੇ ਬਾਹਰੀ ਬਾਤ ਹੈ, ਸਾਡੀ ਸੋਚ ਹੈ। ਤੇ ਜਨਮਾਂ ਜਨਮਾਂਤਰਾਂ ਤੋਂ ਜਿਹੜਾ ਸਾਡਾ ਮਨ ਮੈਲਾ ਤੁਰਿਆ ਆ ਰਿਹਾ ਹੈ, ਇਹ ਰੱਬ ਦੇ ਵਿੱਚ ਕਿਵੇਂ ਮਿਲ ਸਕਦਾ ਹੈ, ਕਿਵੇਂ ਲੀਨ ਹੋ ਸਕਦਾ? ਸਤਿਗੁਰੂ ਕਹਿੰਦੇ ਨਹੀਂ, ਮਨ ਮੈਲਾ ਸੱਚ ਨਿਰਮਲਾ, ਕਿਉਂ ਕਰ ਮਿਲਿਆ ਜਾਏ। ਪਾਤਸ਼ਾਹ, ਹਾਂ ਤੇ ਅਸੀਂ ਮੈਲੇ, ਬਾਣੀ ਸਾਨੂੰ ਉਪਦੇਸ਼ ਦਿੰਦੀ ਹੈ, ਪਰਮਾਤਮਾ ਤੇ ਉਜਲ ਕਰਤਾ ਹੈ, ਅਸੀਂ ਤੇ ਮੈਲੇ, ਹਮ ਮੈਲੇ, ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡ, ਨੀਕੋ ਠਾਕੁਰ ਦੇਸਾ। ਸਤਿਗੁਰੂ ਕਹਿੰਦੇ ਨੇ ਅਸੀਂ ਯਤਨ ਕਰ ਸਕਨੇ ਆ, ਉਹਦੇ ਵੱਲ ਜਾਣ ਦਾ ਮਿਲਾਉਣਾ ਪਰਮਾਤਮਾ ਨੇ ਹੈ, ਔਰ ਸ਼ੁੱਧ ਹੋਵੇਗਾ ਗੁਰੂ ਦੇ ਰਾਹੀਂ। ਬਾਣੀ ਚ ਪੰਕਤੀਆਂ ਆਉਂਦੀਆਂ ਨੇ, ਵਿਚਾਰਵਨ ਜ਼ਿਕਰ ਕਰਿਆ ਕਰਦੇ ਨੇ, ਕੁਝ ਖੋਟੇ ਬੰਦੇ
रब दे दर ते वार वार गए ते रब ने सुट दिते पिछा, खोटियां लई कोई थां नहीं। ते खोटे बड़े उदास होए, इकट्ठियां हो गए ना सारे खोटियां मनुखां ने, रब दे अगे पुकार कीती के परमात्मा सानू ए दस के तेरे खजाने दे विच साडे लई थां क्यों नहीं। ते रब ने कहा सी तुसी खोटे हो, इसलिए तुहाडे लई थां कोई नहीं, इत्थे इत्थे खरियां लई थां है। ते खोटियां ने बेनती कीती, परमात्मा ए किरपा करके असी खोटियां तों खरे किवें बन सकने आ, तेरे दर ते प्रवान हो जाइए। ते परमात्मा ने कहा तुहानू इसे करके बार बार मैं भेज रहा कि तुसी सतगुरु दे दर ते जाओ, सतगुरु दे कोल जाओ। सतगुरु की करेगा? परमात्मा ने कहा तुहानू खोटियां नू खरे बनाएगा, जदों खरे सतगुरु बना देगा ना फिर मेरे खजाने विच तुहाडे लई थां है। बाणी दे अंदर फरमान मेरे साहिब जी दा कि खरे खजाने पाईए खोटे सटीए बार बार। ते खोटे खरे किवें बनदे ने? सतगुरु आखदे ने सतगुरु खोटियो खरे करे शब्द सवारण हार, शब्द द्वारा सवारदा है। मेरे साहिब जी ने कृपा कीती, सतगुरु कहिंदे ने कि भाई प्रभ मेले ता मिल रहे हो मैं शब्द जलाए, प्रभ मेले जो प्रभु मिलांदा तां मिल रहे जी, परमात्मा विच फिर मिलिया रहिंदा है तदों परमेश्वर मिलांदा है जदों हो मैं शब्द जलाए। शब्द दे ददे नूं सिहारी है गुरु शब्द द्वारा, गुरु शब्द दे राही शब्द विच जुड़ के जीव अपने अंदरों होमे नूं जला देंदा है, होमे नूं साड़ देंदा है। होमे शब्द जलाए, शब्द नहीं जलांदा, होमे शब्द नूं नहीं जलांदी, शब्द होमे नूं साड़दा है। शब्द द्वारा होमे नूं अंदरों जलाउणा है, फिर साध संग परमात्मा मेहरबान हुंदा त्रुटदा ते आप मुहारे जीव दी रसना ते वाह वाह मेरे साहिबा वाह, गुरमुख सदा सलाहीए सच्चा वे परवाह। ये बचन निकलदे ने इस तों अगे गुरु अमरदास महाराज सच्चे पातशाह ने कैसियां हो रहमतां कीतियां आपां कल नूं विचार सांझे करांगे। आओ गुरु बख्शिश दे पात्र बणीए प्यार दे नाल मूल मंत्र गुरु मंत्र दा जाप करिए जी। इको ओंकार सतनाम करता पुरख नरपाओ नरवैर अकाल मूरत अजूनी सैभं गुरप्रसाद। इको ओंकार सतनाम करता पुरख नरपाओ नरवैर अकाल मूरत अजूनी सैभं गुरप्रसाद। इको ओंकार सतनाम करता पुरख निरभउ निरवैर अकाल मूरत अजूनी सैभं गुरप्रसाद। इको ओंकार सतनाम करता पुरख निरभउ निरवैर अकाल मूरत अजूनी सैभं गुरप्रसाद। इको ओंकार सतनाम करता पुरख निरभउ निरवैर अकाल मूरत अजूनी सैभं गुरप्रसाद। वाहे गुरु 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 वाहे गुरु। गुरु शब्द दियां गुरमत कथा विचारां करदियां होयां हुईयां बेअंत प्रकार दियां भुल्लां दी खिमा बख्शनी जी, प्यार सत्कार नाल फतेह बुलाओ।